ਧਾਰੀਵਾਲ ਮੰਡੀ ਆ ਉਹਦਾ ਡਫਰਵਾਲ ਵੀ ਵਿਖਾਇਆ ਸੀ ਇਹੋ ਹਾਲ ਮਿਲਿਆ ਚਲੋ ਉੱਥੇ ਸਾਨੂੰ ਪਤੇ ਨਹੀਂ ਮਿਲੇ ਨਾ ਉਹਨਾਂ ਕੋਲ ਦੱਸਿਆ ਇਹ ਮੰਡੀ ਆ ਧਾਰੀਵਾਲ ਦੀ ਜੋ ਕਣਕ ਵਾ ਘੱਟੋ ਘੱਟ ਵੇਖੋ ਕਿੰਨੀ ਕਣਕ ਵਾ ਇਹ ਆਪਾਂ ਚੋਰੀ ਸਾਹਿਬ ਨਾਲ ਵੀ ਗੱਲ ਕਰਦੇ ਹਾਂ ਵੀ ਇਹ ਕਣਕ ਦਾ ਕਾਰਨ ਕੀ ਆ ਕਿਉਂ ਕਣਕ ਖਰਾਬ ਹੋਈ ਆ ਇਹ ਜਗ੍ਹਾ ਵਿਖਾ ਸਾਰੀ ਕਾ ਇਹ ਦੇਖੋ ਇਹ ਕਿੱਥੇ ਜਾਊਗੀ ਕਣਕ ਦੇਖੋ ਜਾ ਆਹ ਦੇਖੋ ਇਹ ਧਾਰੀਵਾਲ ਕਣਕ ਆਪਾਂ ਚੋਰੀ ਸਾਹਿਬ ਨਾਲ ਵੀ ਗੱਲ ਕਰਦੇ ਹਾਂ ਚੋਰੀ ਸਾਹਿਬ ਇਹ ਕਣਕ ਖਰਾਬ ਹੋਣ ਦਾ ਕਾਰਨ ਇਹ ਚੁੱਕੀ ਨਹੀਂ ਗਈ ਜੀ ਬੋਰੀਆਂ ਪਾਟ ਗਈਆਂ ਇਹ ਤਾਂ ਕਰਕੇ ਖਰਾਬ ਹੋ ਗਈ ਇਹ ਚੁਕਵਾਈ ਨਾ ਹੋਣ ਕਰਕੇ ਖਰਾਬ ਹੋ ਗਈ ਆ ਇਹ ਸਾਨੂੰ ਪੈ ਜਾਣੀ ਜਿੰਨੀ ਆ ਖਰਾਬ ਹੋਈ ਸਾਨੂੰ ਪੈ ਜਾਣੀ ਆੜ੍ਹਤੀਆਂ ਨੇ ਸਾਨੂੰ ਪਾਲਣੀ ਹੈ ਦੇਖੋ ਆੜ੍ਹਤੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਸਰਕਾਰ ਦਾ ਕੋਈ ਨੁਕਸਾਨ ਨਹੀਂ ਹੋਇਆ ਸਿਰਫ ਨੁਕਸਾਨ ਇਹਨਾਂ ਮਜ਼ਦੂਰਾਂ ਦਾ ਹੋ ਗਿਆ ਸਭਨਾਂ ਦਾ ਤੁਹਾਨੂੰ ਇਹ ਕਿਉਂ ਪਊਗੀ ਪਏ ਮੰਡੀ ਵਾਲੇ ਨੂੰ ਤੁਹਾਡਾ ਚ ਕਸੂਰ ਕੀ ਹੈ ਸਾਨੂੰ ਪਾਉਣੀ ਆ ਜੀ ਕਸੂਰ ਚ ਕੀ ਹੈ ਤੁਹਾਡਾ ਸਾਡਾ ਕਸੂਰ ਕੋਈ ਨਹੀਂ ਹੈ ਲੇਕਿਨ ਪੈਣੀ ਸਾਨੂੰ ਹੈ ਗੱਡੀ ਨਹੀਂ ਆਊਗੀ ਮਾਲ ਪਾੜ ਜਾਣਾ ਇਹ ਜੋ ਪ੍ਰਬੰਧ ਆ ਇਹ ਤੇ ਆੜ੍ਹਤੀਆਂ ਨੇ ਕਰਨਾ ਤੁਹਾਡਾ ਕੋਈ ਦੋਸ਼ ਨਹੀਂ ਸਾਡਾ ਕੋਈ ਨਹੀਂ ਹੈ ਦੇਖੋ ਇਹ ਮਜ਼ਦੂਰ ਆ ਹਾਂ ਵੀ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਵੇਖ ਲਓ ਤੁਸੀਂ ਤਾਂ ਸਾਹਮਣੇ ਰੱਖਿਆ ਆ ਜਾ ਇਹ ਵੀ ਤੁਹਾਡੇ ਪਾਟ ਨਾਲ ਰੱਖਿਆ ਇਹਨੂੰ ਵੀ ਥੋੜੇ ਦੇਖੋ ਕਿੰਨੀ ਇਹ ਕਣਕ ਪਈ ਆ ਤੇ ਇਹ ਮਜ਼ਦੂਰ ਨੇ ਇਹ ਕਹਿੰਦੇ ਜੀ ਸਾਨੂੰ ਸਾਰਾ ਪੈ ਜਾਣਾ ਆਪਾਂ ਸਾਰਾ ਵਿਖਾ ਜਾ ਕੇ ਵੇਖ ਕਣਕ ਮੰਡੀਆਂ ਵੇਖ ਕਿੱਦਾਂ ਇਹ ਰੋਣ ਲਈਆਂ ਵੇਖ ਵਿਖਾ ਜਾ ਕੇ ਦੇਖ ਦਿਖਾ ਸਾਰਾ ਇਹ ਕਾਰਨ ਵੀ ਮਜ਼ਦੂਰਾਂ ਨੂੰ ਕੋਈ ਪਏ ਆੜ੍ਹਤੀਆਂ ਨੂੰ ਕਣਕ ਖਰਾਬ ਮਜ਼ਦੂਰਾਂ ਨੂੰ ਪੈਣ ਦਾ ਕੀ ਕਾਰਨ ਆ ਇਹ ਮਜ਼ਦੂਰਾਂ ਦਾ ਇਹਦੇ ਵਿੱਚ ਕੀ ਕਸੂਰ ਆ ਹਾਂ ਤੇਰਾ ਕਿਸ ਦਿਨ ਨੁਕਸਾਨ ਆ ਬਈ ਇਹ ਬੰਦਾ ਰੇਹੜੀ ਆ ਇਹਦੇ ਨਾਲ ਵੀ ਗੱਲ ਕਰਦੇ ਆ ਤੂੰ ਵੀ ਚੋਰੀ ਆ ਮੰਡੀ ਕਾ ਇਹ ਐਸਾ ਹੈ ਆਪਣੇ 286 ਬੋਰੀ ਦੀ ਸੱਟ ਮਾਰੀ ਹੈ 286 ਬੋਰੀ ਦੀ ਸੱਟ ਇਹਨੂੰ ਪੈ ਗਈ ਚੋਰੀ ਸਾਹਿਬ ਨੂੰ ਉਹ ਪੈਸਾ ਨਹੀਂ ਦਿਆ ਨਹੀਂ ਦਿਆ ਉਹ 286 ਬੋਰੀ ਕਹਾਂ ਗਈ ਉਹ ਬੋਲਤਾ ਹੈ ਕਿ ਤੁਮਨੇ ਚੋਰੀ ਕਰਕੇ ਵੇਚ ਦਈ ਉਹ ਕਹੀਂ ਸੇ ਵੀ ਵੇਚੀ ਮੈਂ ਮੇਰੇ ਕੋ ਪੂਰਾ ਪੂਰਾ ਹਿਸਾਬ ਕਰਕੇ ਦੋ ਆਪ ਕਹਾਂ ਰਹਿਣੇ ਕਾ ਆਪ ਕਿੱਧਰ ਉੱਧਰੋਂ ਆਇਆ ਯੂਪੀ ਬਾਹਰ ਯੂਪੀ ਤੋਂ ਆਇਆ ਹੈ 286 ਬੋਰੀਆਂ ਯੂਪੀ ਭੇਜਦੀਆਂ ਨੇ ਵੇਖੋ ਇੱਥੇ ਰਹਿਣਾ ਕਿੱਥੇ ਤੂੰ ਪੱਚੀਆਂ ਬੰਦੇ ਨੂੰ ਪੈਸੇ ਕਿੱਥੋਂ ਦਊਗਾ ਉਹਦਾ ਹੁਣ ਨਾ ਦੱਸ ਆਪਣੀ ਕਿਰਾਇਆ ਤੱਕ ਲੈਂਦੀ ਆ ਉਹ ਬਾਈ ਮੈਂ ਖੁਦ ਆਪਣੇ ਕੋਲ ਸੇ ਪਾ ਕੇ ਦਿਆ ਹੈ ਕਿਰਾਇਆ ਬੰਦਾ 286 ਬੋਰੀਆਂ ਚੋਰੀ ਦਾ ਕੰਮ ਕਰਦਾ ਏ ਚੋਰੀ ਦਾ ਕੰਮ ਕਰਦਾ ਪੱਚੀ ਬੰਦੇ ਅੱਗੇ ਰੱਖੇ ਨੇ ਤੇ 25 ਬੰਦੇ ਨੂੰ ਪੈਸੇ ਕਾਇਆ ਦੇਗਾ ਮੈਨੇ ਆਪਣੇ ਘਰ ਦੇ ਕਿਸੇ ਕੋ 200 ਦਿਆ ਕਿਸੇ ਕੋ 500 ਦਿਆ ਓਹੋ ਆਪਣੇ ਘਰ ਤੋਂ ਪੈਸੇ ਮੰਗਵਾ ਕੇ ਇਹਨੂੰ 100 ਕਿਹਨੂੰ 200 ਉਹ 25 ਹਾਂਜੀ ਕਿਰਾਏ ਜੋਗੇ ਦਿੱਤੇ ਸੀ ਉਹਨੂੰ ਬਸ ਤੇ ਕਿਰਾਇਆ ਲੈ ਕੇ ਚੱਲ ਗਏ ਆਪਣੇ ਆਰਤੀ ਦਾ ਨਾਮ ਇੱਕ ਦੱਸ ਆਰਤੀ ਦਾ ਨਾਮ ਬਹੁਤ ਸਾਹਮਣੇ ਆ ਜਾਣਾ ਨਹੀਂ ਦੇਖਦੇ ਹਾਂ ਉੱਥੇ ਵੀ ਦੇਖ ਮੈਂ ਨਾਮ ਨਹੀਂ ਯਾਦ ਤਾਂ ਚਲੋ ਸਾਹਮਣੇ ਉਹ ਸਾਹਮਣੇ ਜਾ ਝੂਮਾ ਚੁੱਕ ਜਾਗਾ ਜੇ ਸਾਹਮਣਾ ਇਹ ਪਿੰਡ ਕੀ ਦੁਕਾਨ ਆ ਪਿੰਡ ਤਾਂ ਪਿੰਡ ਤੋਂ ਕੋਈ ਬੋਲਦੇ ਆ ਇਹਨੂੰ ਹਨਾ ਨਾਮ ਦਾ ਨੀ ਪਤਾ ਕੋਈ ਕਿਸ ਕੋ ਨੀ ਪਤਾ ਨਾਮ ਦਾ ਕਿਸੇ ਨੂੰ ਪਤਾ ਲੇਕਿਨ ਪੰਡਿਤ ਜੀ ਬੋਲਦੇ ਪੰਡਤੀ ਬੋਲਦੇ ਆ ਹੈ ਪੰਡਤ ਦੀ ਆੜਤ ਆਏ ਪੰਡਤ ਬੋਲਦੇ ਆ 286 ਬੋਰੀਆਂ ਇਹਨੂੰ ਪੈ ਗਈਆਂ ਆਹ 10-20-30 ਕੁਇੰਟਲ ਜਿਹੜੀ ਆ ਇਹ ਚੋਰੀ ਨੂੰ ਪੈ ਗਈ ਚੋਰੀ ਸਾਹਿਬ ਇਹਨੂੰ ਪੈ ਗਈਆਂ ਇਹ ਪੈਣਾ ਤੇ ਆੜਤੀ ਨੂੰ ਚਾਹੀਦਾ ਹਾਂਜੀ ਆੜਤੀ ਨੂੰ ਪੈਣੀ ਚਾਹੀਦੀ ਪੈਣੀ ਇਹ ਦੋ ਬੰਦੇ ਨੇ ਇਹ ਵੀ ਗਰੀਬ ਬੰਦੇ ਨੂੰ ਪੈਸੇ ਕੋਲੋਂ ਦਿੱਤੇ ਨੇ ਇਹ ਕਣਕ ਤੋਂ 1 ਕੁਇੰਟਲ ਕਣਕ ਨਹੀਂ ਕਿਹੋ ਲਈ ਜਾਂਦੀ ਨਹੀਂ ਲਈ ਜਾਂਦੀ ਤੇ ਇਹ ਇੰਨੀ ਕਣਕ ਜਿਹੜੀ ਆ ਕਿੱਥੋਂ ਪਾਊਗਾ ਇਹ ਸਾਰਾ ਸਾਨੂੰ ਪੈਣੀ ਹੈ ਜੀ ਇਸ ਆੜਤੀ ਦਾ ਨਾਮ ਤਰਲੋਕ ਸਿੰਘ ਦੀ ਆੜਤ ਇਹ ਤਰਲੋਕ ਸਿੰਘ ਦੀ ਆ 10-20 ਕੁਇੰਟਲ ਆ ਹੁਣ ਸਰਕਾਰ ਤੋਂ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਇਹਦੇ ਬਾਰੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਰਕਾਰ ਤੋਂ ਇਹਨਾਂ ਨੂੰ ਇਨਸਾਫ ਉਹਨਾਂ ਦੀ ਮੰਗ ਆ ਕਿ ਮਿਲਣਾ ਚਾਹੀਦਾ ਕਿ ਜਿਹੜੀ ਕਣਕ ਵਾ ਜਾਂ 286 ਬੋਰੀਆਂ ਉਹਦੀਆਂ ਨੇ ਇਹ ਇਹਨਾਂ ਨੂੰ ਪੈਸਾ ਮਿਲਣਾ ਚਾਹੀਦਾ ਇਹ ਪਵੇ ਘਾਟਾ ਆੜਤੀ ਨੂੰ ਰਾਖੀ ਕਰੇ ਆੜਤੀ ਆ ਹਾਂਜੀ ਹਾਂਜੀ ਠੀਕ ਹੈ ਰਾਖੀ ਆੜਤੀਆਂ ਕਰੇ ਇਹਨਾਂ ਦੀ ਕੋਈ ਜ਼ਿੰਮੇਵਾਰੀ ਇੰਨਾ ਮਿਹਨਤ ਕੀਤੀ ਆ ਛੱਡ ਦਿੱਤਾ ਇਹਨਾਂ ਨੇ 4-5 ਬੋਰੀਆਂ ਡੇਲੀ ਚੋਰੀ ਹੁੰਦੀਆਂ ਉਹ ਹੀ ਸਾਨੂੰ ਪੈਣੀਆਂ ਵਾ ਆੜਤੀ ਨੇ ਸਾਨੂੰ ਪਾਉਣੀਆਂ ਵਾ ਫੜਦੇ ਤਾਂ ਇਹਨਾਂ ਦਾ ਮਾਲ ਚੁਕਵਾਉਣਾ ਵੇਖੋ ਥੱਕੇ ਹਾਰੇ ਬੰਦੇ ਰਾਤ ਨੂੰ ਸੌ ਜਾਂਦੇ ਆ ਚੌਕੀਦਾਰ ਰੱਖਾ ਲੇਕਿਨ ਚੌਕੀਦਾਰ ਕਰਤੇ ਹੋ ਜਾਏਗਾ ਵੋ ਤਰਕੇ ਦੋ ਤਿੰਨ ਤੋੜੇ ਚੱਕਰ ਲੈ ਜਾਂਦੇ ਹੈ
सुबह सुबह चौकीदारी। आहो चौकीदार भी दो दो हैं, फिर भी ले जाते हैं थोड़े चक्कर। लो दो दो चौकीदार तोड़े फिर भी चोरी इतने होने। ये मंडी धारीवाल की आ, उधर जफरवाल की बगाई, ये धारीवाल की मंडी आ। जो हालात वे लो की आ, दो चोरी इतने मारे गए, जो बाकियों गल करा लगे तो उत्थे पता नहीं किन्ने मरे हो गए। यह मंडी च ना होर भी है, होर भी चोरी है जिन्हों का यही नुकसान हो। तो जी कणक इन्नी खिलरी पी, सब पाती इन्होंने लोगों वेखो जी, कसूरवार आड़ती आ, सरकार भी कसूरवार नहीं। ये ट्रकों का इंतजाम करने इतों खड़न, जो जे ठेके चुकते उन्होंने गल कर, एक गरीब जे मारे गए ने इन्होंने। हाँ जी तुम आए किधर से? चंडीगढ़ बटाले से। लोकल 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 नहीं नहीं डरने की गल को, बिल्कुल नहीं डरने की लोड़। तुम दूर जाइए यार, काम करने नहीं डरने की गल नहीं। आई रेट कितना है तोड़े का? रेट 2125 रुपये एक क्विंटल का। हाँ ये 1050 का एक तोड़ा है, 1065 रुपये का एक तोड़ा। नहीं वो गल नहीं है, ये तो मजदूर के मजदूर थी, मजदूरी लेबर काम दे रहे हैं ना। अच्छा लेबर, ओहो ओ भाई जड़ी लेबर काम कर दे, वो लेबर भी काट दें दे या लेबर नहीं सरकारी रेट कितना खुलेगा तोरे दा? हाँ जी सरकारी रोड नहीं है तोरे का, नहीं हम तो पखा ला के नहीं, पखा ला के भरनी है कि कंडा करना है नहीं। वो तोरा किन्ने रुपए का पे जाता है? एक चलो वेखो इन्हों का नुकसान जड़ा वा ना, ये जिम्मेवारी आड़ती आ, सरकार भी कोई जिम्मेवार नहीं, सरकार भी जिम्मेवार कोई नहीं, सिर्फ आड़ती जिम्मेवार आ जिन्हें तुहाडा नुकसान किया। सब इसे काम करते हैं, सारे काम करते इसे ही। वेखो ये जरा नुकसान हो गया, बोले आड़ती नूं पाता खाना बनाने लगी थी, बनाने में हम लगे थे पंडित पे जो रहे पंडित नहीं उधर हम लगे थे। अच्छा। उधर सारी बोरियां सारी चकली और सारा दाना भी नहीं दिया और सारा पैसे पैसे भी नहीं दिए। और सारे कितनी बोरी? 140 240 240 बोरियां ने उन्हें नाल रोटी बना दी है। रोटी रोटी सारे हम लेबर नु सारे ने बना के दिया, कोई नहीं दिया हमको। अच्छा अच्छा कम ही करते ना सारे काम। चलो देखो खा दे यार, सारे बेपा बेहो निकल के बच्चे ने एक कितों खान के रोटी बनी है। इतने इतने बच्चों ने काम किया सारे बच्चों ने इतने इतने बड़े काम किया बच्चों ने। और 10 साल ना मुंडा इतने इतने बड़े ना बच्चे नो काम किया, सारे ने मेहनत की आ। एदे आले बंदे आले वेखो हैंडीकैप जेड़ा बंदा वा, पैसे नहीं दिए। देखो भाई 286 बोरी दे दे पैसे मर गए, वो 20-25-30 क्विंटल के पैसे ये चोरी नु पै गए। ये मरन गए ने की